गुरदासपुर के हलका फतेहगढ़ साहब चूड़ियां तो हैरान करने वाला एक ताज़ा मामला सामने आया जिथे एक व्यक्ति अपने परिवार के नाल फतेहगढ़ साहब चूड़ियां बाजार गया हुआ सी। रस्ते दे विच उस व्यक्ति दे वलों एटीएम दे विचों पैसे कढ़ाउण लई गड्डी रोकी गई अते उस गड्डी दे विच उसका बच्चा सुता पिया सी अते उसकी माता भी गड्डी दे विच ही बैठी सी। पिछों एक अणपछाता व्यक्ति आउंदा है ते गड्डी नूं लै के फरार हो जांदा है। कुछ दूरी ते जाके ओह बच्चे अते माता नूं गड्डी तों उतार दिंदा है अते गड्डी नूं भजा के लै जांदा है। इस संबंधी पीड़ित परिवार दे वलों पुलिस नूं सूचित कीता गया जिस ते पुलिस दे वलों हुण इस मामले विच जांच कीती जा रही है। ਵਾਰਦਾ ਤੇ ਕਿ ਪੁਰਾਣੇ ਬੱਸ ਸਟੈਂਡ ਖਲੋਤਾ ਮੈਂ ਮਾਤਾ ਦੀ ਦਵਾਈ ਲੈਣ ਚਲ ਗਿਆ ਨਾਲ ਦੋ ਲੇਡੀ ਸੀ ਉਹ ਏਟੀਐਮ ਵਿੱਚੋਂ ਪੈਸੇ ਕਢਾਉਣ ਚਲ ਗਈਆਂ ਤੇ ਮਾਤਾ ਰਹਿ ਗਈ ਵਿੱਚ ਇਕੱਲੀ ਤੇ ਉਹ ਇੱਕ ਬੰਦਾ ਆਇਆ ਤੇ ਗੱਡੀ ਭਜਾ ਕੇ ਗਾਂ ਗਿਆ। ਤੁਸੀਂ ਗੱਡੀ ਲੌਕ ਕੀਤੀ ਸੀ ਕਿਸ ਤਰ੍ਹਾਂ ਸਟਾਰਟ ਸੀ? ਨਹੀਂ ਗੱਡੀ ਸਟਾਰਟ ਸੀ, ਏਸੀ ਲੱਗਾ ਸੀ ਵਿੱਚ ਬੱਚਾ ਸੁੱਤਾ ਸੀ, ਮੈਂ ਤਦ ਬੰਦ ਨਹੀਂ ਕੀਤੀ ਗੱਡੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਵੱਲੋਂ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਹੁਣ ਪੁਲਿਸ ਦੇ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਖੰਗਾਲੀ ਜਾ ਰਹੀ ਹੈ ਤਾਂ ਜੋ ਇਸ ਵਿਅਕਤੀ ਨੂੰ ਲੱਭਿਆ ਜਾ ਸਕੇ। ਕਿਉਂਕਿ ਮਾਲੇ ਚੱਕੋ ਸੁਰਿੰਦਰ ਸਿੰਘ ਹੋਣੀ ਆਪਣੀ ਭਰਜਾਈ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਏ ਸੀ ਫਤਿਹਗੜ੍ਹ ਚੂੜੀਆਂ ਬੱਸ ਸਟੈਂਡ ਦੇ ਉੱਤੇ ਅਤੇ ਉੱਥੇ ਉਹ ਆਪਣਾ ਏਟੀਐਮ ਦੇ ਵਿੱਚੋਂ ਪੈਸੇ ਕਢਾਉਣ ਚਲੇ ਗਏ ਅਤੇ ਸੁਰਿੰਦਰ ਸਿੰਘ ਹੋਣੀ ਆਪਣੇ ਦਵਾਈ ਲੈਣ ਚਲੇ ਗਏ। ਮਾਤਾ ਇਕੱਲੇ ਬੱਚੇ ਲੈ ਗੱਡੀ ਜਿਹੜੀ ਸਟਾਰਟ ਕਰਕੇ ਛੱਡ ਗਏ ਸੀ। ਉਹ ਇੱਕ ਮੁੰਡਾ ਆਇਆ ਪਿੱਛੋਂ ਉਹ ਗੱਡੀ ਜਿਹੜੀ ਆ ਉਹ ਭਜਾ ਕੇ ਲੈ ਗਿਆ। ਜਿਹੜਾ ਮਾਤਾ ਆਇਆ ਅਤੇ ਉਹਨਾਂ ਨੂੰ ਅਲੀਆ ਨਹਿਰ ਦੇ ਉੱਤੇ ਉਤਾਰ ਗਿਆ ਆ ਬੱਚੇ ਉਹਦੇ ਗੱਡੀ ਲੈ ਕੇ ਚਲੇ। ਬਿਊਰੋ ਰਿਪੋਰਟ ਪ੍ਰੋ ਪੰਜਾਬ ਟੀਵੀ।